ਹਾਂਜੀ ਬਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਗੱਲ ਮੈਂ ਕਰਨ ਲੱਗਿਆ ਵਿਸਾ ਟੋਲ ਪਲਾਜ਼ਾ ਦੀ। ਟੋਲ ਪਲਾਜ਼ਾ 'ਤੇ ਜਦੋਂ ਵੀ ਆਪਾਂ ਜਾਂਦੇ ਹਾਂ, ਆਮ ਤੌਰ 'ਤੇ ਇੱਕੋ ਹੀ ਗੱਲ ਆ, ਉਹ ਕਹਿੰਦੇ ਆ ਸਿੰਗਲ ਲੈਣੀ ਆ ਪਰਚੀ ਜਾਂ ਡਬਲ ਲੈਣੀ ਆ। ਪਰਚੀ ਨਾ ਸਿੰਗਲ ਹੁੰਦੀ ਆ ਨਾ ਡਬਲ ਹੁੰਦੀ ਆ, 12 ਘੰਟਿਆਂ ਜਾਂ 24 ਘੰਟਿਆਂ ਦੀ ਹੁੰਦੀ ਆ। ਜੇ ਤੁਸੀਂ 12 ਘੰਟਿਆਂ ਦੇ ਵਿੱਚ ਉਸੇ ਰਸਤੇ 'ਚੋਂ ਮੁੜ ਸਕਦੇ ਹਾਂ ਤਾਂ 12 ਘੰਟਿਆਂ ਵਾਲੀ ਲੈ ਲਓ, ਜਿਹਨੂੰ ਇਹ ਸਿੰਗਲ ਆਉਂਦੇ ਆ। ਮੁੜਦਿਆਂ ਦਾ ਤੁਹਾਡਾ ਕੋਈ ਟੋਲ ਨਹੀਂ ਲੱਗਣਾ, ਕੋਈ ਪਰਚੀ ਨਹੀਂ ਲੱਗਣੀ। ਅਤੇ ਮੈਚ ਤੜਕੋ ਚੰਡੀਗੜ੍ਹ ਗਿਆ ਸੀ, ਜਾਂਦੇ ਹੋਏ ਨੀਲੋ ਦੇ ਪੁਲ ਕੋਲ ਜਿਹੜਾ ਟੋਲ ਪਲਾਜ਼ਾ ਲੱਗਿਆ ਹੋਇਆ, ਮੈਨੂੰ ਆਉਂਦਾ ਵੀ ਪਰਚੀ ਸਿੰਗਲ ਲੈਣੀ ਆ ਕਿ ਡਬਲ। ਮੈਂ ਕਿਹਾ ਮੈਨੂੰ ਪਰਚੀ ਦੇ 12 ਘੰਟਿਆਂ ਦੀ, ਮੈਂ 12 ਘੰਟਿਆਂ 'ਚ ਵਾਪਸ ਆਉਣਾ। ਅਤੇ ਕਹਿੰਦਾ 12 ਘੰਟਿਆਂ ਦੀ ਕਿਹੜੀ ਹੁੰਦੀ ਆ? ਮੈਂ ਕਿਹਾ ਜਿਹੜੀ 12 ਘੰਟਿਆਂ ਦੀ ਹੁੰਦੀ ਆ ਉਹ ਦੇ, ਇਹਨੂੰ ਤੂੰ ਸਿੰਗਲ ਸਮਝ ਲਾ ਚਾਹੇ ਤਾਂ ਕਹਿ ਲਾ, ਠੀਕ ਆ ਨਾ ਗੱਲ। ਉਹਨੇ ਸਿੰਗਲ ਪਰਚੀ ਕੱਟਤੀ, ਉਹ 'ਤੇ ਟਾਈਮ 12 ਘੰਟੇ ਦਾ ਸੀ, 12:09 ਦੇ ਦਿਨੇ ਦੁਪਹਿਰੇ ਮੈਂ ਲੰਘਿਆ ਸੀ ਅਤੇ 12:00 ਰਾਤ ਦੇ 9:00 ਦਾ ਉਹਦੇ 'ਤੇ ਟਾਈਮ ਲਿਖਿਆ ਹੋਇਆ ਸੀ ਉਹ ਬੈਲਡ ਆ। ਤਕਰੀਬਨ 8:00 ਦੇ ਕਰੀਬ ਮੈਂ ਉੱਧਰੋਂ ਹੁਣ ਵਾਪਸ ਆਇਆ, ਉਸੇ ਪਰਚੀ 'ਤੇ ਮੈਂ ਵਾਪਸ ਆਇਆ, ਕੋਈ ਹੋਰ ਮੈਂ ਨਵੀਂ ਪਰਚੀ ਨਹੀਂ ਕਟਾਈ। ਇੱਕੋ ਹੀ ਗੱਲ ਉਹਨੂੰ ਮੈਂ ਕਹੀ ਆ, ਮੈਂ ਕਿਹਾ ਕਾਕਾ ਮੇਰੀ ਪਰਚੀ ਹੋਈ ਵੀ ਆ। ਬਟਨ ਨੱਪ ਕੇ ਉਹਨੇ ਬੈਰੀਅਰ ਚੱਕਦਾ, ਕਹਿੰਦਾ ਜਾਓ ਜੀ। ਇਹ ਸਿੰਗਲ ਡਬਲ ਦੇ ਚੱਕਰ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਅਰਬਾਂ ਰੁਪਈਆ ਜਿਹੜਾ ਪੰਜਾਬ ਦਾ ਜਾਂ ਭਾਰਤ ਦਾ ਕਿਤੋਂ ਕਿਤੋਂ ਦਾ ਵੀ ਮੰਨ ਕੇ ਚੱਲ ਆਪਣੀਆਂ ਜੇਬਾਂ ਦੇ ਵਿੱਚੋਂ ਕੱਢ ਕੇ ਲੈ ਗਈ। ਪਰਚੀ 'ਤੇ ਦੇਖਿਆ ਕਰੋ, ਪਰਚੀ 'ਤੇ ਟਾਈਮ ਲਿਖਿਆ ਹੁੰਦਾ ਗਾ ਜੇ ਤੁਸੀਂ ਸਿੰਗਲ ਕਟਾਉਂਦੇ ਆ 12 ਘੰਟਿਆਂ ਦੀ, ਉਹ ਪਰਚੀ ਆ ਪੂਰੀ ਵੈਲਿਡ ਆ, ਕੋਈ ਸਦੋਂ ਦੁਬਾਰੇ ਨਹੀਂ। ਭਾਵੇਂ 15 ਵਾਰੀ ਟੱਪੋ, ਐਂ ਨੂੰ ਲੰਘ ਜਾਓ, ਆਉਣ ਨੂੰ ਲੰਘ ਜਾਓ, ਜਿੰਨੇ ਵਾਰਾਂ ਮਰਜ਼ੀ ਲੰਘ ਜਾਓ, 1 ਵਾਰ ਲੰਘ ਜਾਓ, 10 ਵਾਰੀ ਲੰਘ ਜਾਓ, ਭਾਵੇਂ 100 ਵਾਰੀ ਲੰਘ ਜਾਓ, ਉਸੇ ਪਰਚੀ 'ਤੇ ਤੁਹਾਨੂੰ 12 ਘੰਟਿਆਂ 'ਚ ਲੰਘਣ ਦੀ ਪੂਰੀ ਆਜ਼ਾਦੀ ਆ। ਇਸ ਕਰਕੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਪਰਚੀ ਕਟਾਉਂਦੇ ਹੁੰਦੇ ਆ, ਉਹਨਾਂ ਨੂੰ ਪਹਿਲਾਂ ਹੀ ਚੌਕਸ ਕਰ ਦਿਆ ਕਰੋ, ਸਿੰਗਲ ਡਬਲ ਨਹੀਂ ਲੈਣੀ, 12 ਘੰਟਿਆਂ ਦੀ ਕੱਟ ਜੇ 12 ਘੰਟਿਆਂ 'ਚ ਆਪਾਂ ਮੁੜ ਸਕਦੇ ਹਾਂ। ਜੇ 12 ਘੰਟਿਆਂ ਤੋਂ ਸਮਾਂ ਵੱਧ ਲੱਗਦਾ ਫਿਰ ਆਪਾਂ ਉਸ ਹਿਸਾਬ ਦੀ ਪਰਚੀ ਲੈ ਲਓ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ ਨਾ ਗੱਲ। ਇਹ ਮੈਸੇਜ ਨੂੰ ਮੇਰੇ ਭਰਾ ਵੱਧ ਤੋਂ ਵੱਧ ਫੈਲਾਓ ਤਾਂ ਕਿ ਜਿਹੜੇ ਲੋਕ ਵੀ ਆ ਅੰਨੀ ਲੁੱਟ ਖਸੁੱਟ ਦਾ ਸ਼ਿਕਾਰ ਹੋ ਰਹੇ ਆ ਬਚ ਸਕਣ। ਅਰਬਾਂ ਖਰਬਾਂ ਰੁਪਈਆ ਪਤਾ ਨਹੀਂ ਕਿੰਨਾ ਕੁ ਲੈ ਗਿਆ, ਮੈਂ ਵੀ ਬਥੇਰੀਆਂ ਐਵੇਂ ਕਹਿੰਦਾ ਸਿੰਗਲ ਡਬਲ ਕਟਾਉਂਦਾ ਰਿਹਾ, ਪਰ ਜਦੋਂ ਮੈਂ ਕੇਰਾਂ ਜਲੰਧਰ ਗਿਆ ਸੀਗਾ ਨਕੋਦਰ ਕੋਲ, ਮੇਰੀ ਜਦੋਂ ਪਰਚੀ ਕੱਟੀ, ਮੈਂ ਉਹ ਪਰਚੀ ਨੂੰ 10 ਦਿਨੇ ਦੇਖਿਆ, ਉਹ 'ਤੇ ਟਾਈਮ ਲਿਖਿਆ ਵਾ, ਆਉਂਦੇ ਹੋਏ ਨੇ, ਮੈਂ ਉਹ ਘੇਰ ਲਈ। ਮੈਂ ਕਿਹਾ ਮੇਰੀ ਤੁਸੀਂ ਦੁਬਾਰੇ ਪਰਚੀ ਕਿਉਂ ਕੱਟੀ ਬਈ? ਮੈਂ ਕਿਹਾ ਮੈਂ ਕੱਲ੍ਹ ਪਰਚੀ ਕਟਾ ਕੇ ਗਿਆ ਸੀ, ਉਹਦਾ ਮੇਰਾ ਅੱਜ ਦੀ ਦੁਪਹਿਰ 12:00 ਤੱਕ ਦਾ ਟਾਈਮ ਸੀ, ਤੁਸੀਂ ਕਿਉਂ ਕੱਟੀ? ਦੋਨੇ ਹੱਥ ਜੋੜ ਕੇ ਖੜ ਕੇ ਕਹਿੰਦੇ ਜੀ ਕੋਈ ਗੱਲ ਨਹੀਂ, ਜਦੋਂ ਹੁਣ ਗਾਂਹ ਨੂੰ ਲੰਘੇ ਅਸੀਂ ਫਰੀ ਲੰਘਾ ਦਿਆਂਗੇ। ਉੱਥੋਂ ਮੇਰੇ ਦਿਮਾਗ ਦੀ ਸਮਝ ਆ ਗਈ ਵੀ ਵਾਕਈ ਟਾਈਮ ਟੇਬਲ ਦੇ ਮੁਤਾਬਕ ਇਹ ਪਰਚੀ ਆ, ਟਾਈਮ ਦੇ ਮੁਤਾਬਕ ਪਰਚੀ ਆ, ਨਾ ਸਿੰਗਲ ਆ ਨਾ ਡਬਲ ਆ। ਅੱਗੇ ਤੋਂ ਇਸ ਲੁੱਟ ਖਸੁੱਟ ਤੋਂ ਬਚੋ, ਇਹੀ ਮੇਰੀ ਤੁਹਾਨੂੰ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।